ਜਿਹੜਾ ਕਿਸਾਨ ਜਥੇਬੰਦੀਆਂ ਦੁਆਰਾ ਚੱਕਾ ਜਾਮ ਕੀਤਾ ਗਿਆ ਸੀ, ਤੁਸੀਂ ਕਿਵੇਂ ਦੇਖਦੇ ਹੋ ਕਿ ਪੂਰਾ ਸੰਪੂਰਨ ਸਾਥ ਮਿਲ ਰਿਹਾ ਲੋਕਾਂ ਦਾ? ਹਾਂਜੀ ਹਾਂ, ਬਹੁਤ ਸਾਥ ਮਿਲ ਰਿਹਾ ਹੈਗਾ ਸਾਨੂੰ, ਇਕੱਲੇ ਕਿਸਾਨਾਂ ਵੱਲੋਂ, ਬਜ਼ੁਰਗਾਂ ਵੱਲੋਂ, ਬੱਚਿਆਂ ਵੱਲੋਂ, ਬੀਬੀਆਂ ਵੱਲੋਂ। ਕਿਸਾਨ ਬੀਬੀਆਂ ਵੀ ਬਹੁਤ ਪਹੁੰਚੀਆਂ ਨੇ, ਕਿਸਾਨ ਬੱਚੇ ਵੀ ਬਹੁਤ ਪਹੁੰਚੇ ਨੇ, ਬਜ਼ੁਰਗ ਵੀ ਬਹੁਤ ਪਹੁੰਚੇ ਨੇ, ਸਾਨੂੰ ਪੂਰਨ ਹਮਾਇਤ ਹੈ ਜੀ ਕਿਸਾਨਾਂ ਦੀ। ਤੁਹਾਨੂੰ ਕੀ ਲੱਗਦਾ ਜਿਹੜੇ ਪ੍ਰਦਰਸ਼ਨ ਦਾ ਕੇਂਦਰ ਸਰਕਾਰ 'ਤੇ ਕੋਈ ਪ੍ਰਭਾਵ ਪਊਗਾ? ਪੂਰਾ ਪਊਗਾ ਜੀ। 26-27 ਨੂੰ ਜੋ ਦਿੱਲੀ ਜਾਵਾਂਗੇ, ਟਰਾਲੀਆਂ ਭਰ ਕੇ ਆਪਦਾ ਰਾਸ਼ਨ ਪਾਣੀ ਲੱਦ ਕੇ ਨਾਲ ਮਹੀਨੇ ਮਹੀਨੇ ਦਾ ਦਿੱਲੀ 'ਚ ਗਾਹ ਪਾ ਜਾਵਾਂਗੇ ਜਾ ਕੇ, ਗੱਲ ਕਿਹੜੀ ਹੈ ਇਹ? ਇੱਕ ਜਿਵੇਂ ਆਪਾਂ ਦੇਖ ਰਹੇ ਹਾਂ ਜਿਹੜਾ ਬਿਜਲੀ ਸੰਕਟ ਦਾ ਕਹਿ ਰਹੇ ਕਿ ਬਿਜਲੀ ਸੰਕਟ ਆਊਗਾ, ਤਾਂ ਤੁਸੀਂ ਕਿਵੇਂ ਦੇਖਦੇ ਹੋ ਉਹ ਸਰਕਾਰ ਦੀ ਕੋਈ ਆਪਣਾ ਕਿਸਾਨਾਂ ਨੂੰ ਪਰੇਸ਼ਾਨ ਕਰਦੀ ਚਾਲ ਹੈ ਜਾਂ ਬਾਕੀ ਬਿਜਲੀ ਸੰਕਟ ਆਉਣ ਵਾਲਾ? ਚਾਲ ਵੀ ਖੈਰ ਹੁੰਦੀ ਹੈ, ਅਤੇ ਬਿਜਲੀ ਸੰਕਟ 'ਤੇ ਕਿਸਾਨਾਂ 'ਤੇ ਮੇਰੇ ਸਭ 'ਚ ਕੋਈ ਅਸਰ ਨਹੀਂ ਪੈਂਦਾ ਉਹਦਾ, ਕਿਉਂ ਨਹਿਰੀ ਪਾਣੀ ਹੈਗਾ ਸਾਡੇ ਵਾਸਤੇ। ਅਤੇ ਮੋਟਰਾਂ ਅਸੀਂ ਨਾ ਚਲਾਵਾਂਗੇ, ਜਨਰੇਟਰ ਚਲਾ ਲਾਂਗੇ, ਟਰੈਕਟਰ ਲਾ ਲਾਂਗੇ ਆਪਦੇ, ਇਹ ਵਾਅਦਾ ਪੂਰੀ ਲਾਉਣਗੇ ਸਰਕਾਰਾਂ, ਪਰ ਕਿਸਾਨ ਤਕੜਾ ਹੋ ਕੇ ਲੜੂਗਾ ਇਹਨਾਂ ਦੇ। ਇੱਕ ਜਿਹੜਾ ਜਿਹੜੇ ਕਾਰਪੋਰੇਟ ਘਰਾਣੇ ਜਿਵੇਂ ਅੰਡਾਨੀ ਅਬਾਨੀ ਹੋ ਗਏ, ਜਿਹੜੇ ਕਿਸਾਨਾਂ ਦੁਆਰਾ ਸੰਘਰਸ਼ ਕੀਤਾ, ਉਹਦੇ ਨਾਲ ਉਹਨਾਂ ਦੇ ਵਪਾਰ 'ਤੇ ਸੱਟ ਲੱਗੀ ਹੈ ਕੋਈ? ਬਹੁਤ ਜ਼ਿਆਦਾ ਜੀ। ਅੰਬਾਨੀ ਜਿਹੜਾ 6ਵੇਂ ਨੰਬਰ 'ਤੇ ਸੀ, ਅੱਜ 9ਵੇਂ ਨੰਬਰ 'ਤੇ ਪਹੁੰਚ ਗਿਆ ਦੁਨੀਆ 'ਚ। ਪਹਿਲਾਂ 6ਵੇਂ ਨੰਬਰ ਦਾ ਅਮੀਰ ਸੀ, ਅੱਜ 9ਵੇਂ ਨੰਬਰ 'ਤੇ ਪਹੁੰਚ ਗਿਆ, 50 ਕਰੋੜ ਦਾ ਘਾਟਾ ਉਹਨੂੰ ਪੈ ਚੁੱਕਿਆ। ਜੇਕਰ ਉਹਨਾਂ ਦਾ ਜਿਹੜਾ ਵਪਾਰ ਪੂਰਾ ਠੱਪ ਹੁੰਦਾ ਹੈ ਪੰਜਾਬ ਦੇ ਵਿੱਚ, ਤਾਂ ਤੁਹਾਨੂੰ ਕੀ ਲੱਗਦਾ ਉਹ ਫਿਰ ਇੱਥੇ ਆਉਣ ਦੀ ਹਿੰਮਤ ਕਰਨਗੇ? ਨਹੀਂ, ਫਿਰ ਕਿੱਥੇ ਕਰਨਗੇ, ਜਦੋਂ ਪੰਜਾਬ 'ਚ ਕਿਸਾਨ ਹੀ ਵਿਰੁੱਧ ਹੋ ਗਏ ਉਹਨਾਂ ਦੇ, ਉਹਨਾਂ ਨੂੰ ਵੜਨ ਨਹੀਂ ਦਿੱਤਾ ਪੰਜਾਬ 'ਚ, ਫਿਰ ਉਹਨਾਂ ਮੂੰਹ ਕਿਵੇਂ ਕਰਨਗੇ ਪੰਜਾਬ ਦੇ? ਅੱਗੇ ਜਿਹੜਾ ਕਿਸਾਨ ਜਥੇਬੰਦੀ ਦੁਆਰਾ ਸੰਘਰਸ਼ ਤਿੱਖਾ ਕੀਤਾ ਜਾਊਗਾ, ਤਾਂ ਤੁਸੀਂ ਅੱਗੇ ਕੀ ਕਰ ਆਪਣੇ ਵੱਲੋਂ ਕੀ ਕਿਸ ਤਰ੍ਹਾਂ ਸਾਥ ਦਿਓਗੇ? ਅਸੀਂ ਜਿਵੇਂ ਸਾਨੂੰ ਸਾਡੇ ਆਗੂ ਦੇਣਗੇ ਕੋਈ ਰਸਤਾ, ਜਿਵੇਂ ਹੁਣ 26 ਨੂੰ ਦਿੱਲੀ ਜਾਣਾ ਹੈ, ਦਿੱਲੀ ਜਾਵਾਂਗੇ ਜੱਜ ਫਸੀਏ, ਜਿਵੇਂ ਕਿਸਾਨ ਯੂਨੀਅਨ ਦੇ ਸਾਨੂੰ ਨੁਮਾਇੰਦਿਆਂ ਦੇ ਹੁਕਮ ਮਿਲਣਗੇ, ਉਹਨਾਂ ਦੇ ਮੁਤਾਬਕ ਪਹਿਰਾ ਡੱਟ ਕੇ ਦੇਵਾਂਗੇ। ਧੰਨਵਾਦ। ਜਿਵੇਂ ਜੀ ਇਹ ਬੰਦ ਕਰ ਰੱਖ ਰਹੇ ਪੈਟਰੋਲ ਪੰਪ, ਉਸੇ ਰੋਟੀ ਜਿਵੇਂ ਜਥੇਬੰਦੀਆਂ ਨੇ ਕਿਹਾ, ਉਸੇ ਰੋਟੀ ਸੰਘਰਸ਼ ਜਾਰੀ ਰੱਖਾਂਗੇ, ਸੰਘਰਸ਼ ਜਾਰੀ ਰੱਖਾਂਗੇ, ਪਿੱਛੇ ਨਹੀਂ ਹਟਾਂਗੇ, ਪਿੱਛਾ ਨਹੀਂ ਛੱਡਦੇ। ਇੱਕ ਜਿਹੜਾ ਕੈਪਟਨ ਜਿਹੜੇ ਕਾਂਗਰਸ ਸਰਕਾਰ ਦੀ ਲੀਡਰਸ਼ਿਪ ਆਪਣੀ ਅਗਵਾਈ ਦੇ ਵਿੱਚ ਉੱਥੇ ਦਿੱਲੀ ਵਿੱਚ ਧਰਨਾ ਪ੍ਰਦਰਸ਼ਨ ਦੇ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਤਾਂ ਉਹਦਾ ਜੀ ਕਾਂਗਰਸ ਡਰਾਮਾਬਾਜ਼ੀ ਕਰ ਰਹੀ ਹੈ ਜੀ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਮ੍ਹਾਂ ਡਰਾਮਾਬਾਜ਼ੀ ਕਰ ਰਹੀ ਹੈ ਸਾਡੀ ਜਥੇਬੰਦੀ ਜਿੰਨੀ ਹੈਗੀ। ਕਿਹੜੀ ਜਥੇਬੰਦੀ ਨਾਲ ਸੰਬੰਧਿਤ? ਅਸੀਂ ਪੰਜਾਬ ਕਿਸਾਨ ਪਰਿਸ਼ਦ, ਜਿੰਨੀ ਜਥੇਬੰਦੀ ਸਾਡੀ ਇਕੱਠੀ ਹੈ, ਇਕੱਠੀ ਦੀ ਇਕੱਠੀ ਪੜੂਗੀ, ਜਿੰਨਾ ਚਿਕ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਪੂਰੇ ਆਰਡੀਨੈਂਸ ਹੈ ਜਿਹੜੇ ਉਹ ਰੱਦ ਨਹੀਂ ਹੁੰਦੇ, ਉਹਨਾਂ ਚਿਰ ਕਿਸਾਨ ਜਥੇਬੰਦੀਆਂ ਕੋਈ ਵੀ ਕਿਤੇ ਟਿੱਕੇ ਨਹੀਂ ਬੈਠਣੀਆਂ, ਲਗਾਤਾਰ ਮਤਲਬ ਜਿਹੜੇ ਐਜੀਟੇਸ਼ਨਾਂ ਦੇ ਰਾਹ ਦੇ ਵਿੱਚ ਨੇ, ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਸ਼ਾਮਿਲ ਹੋਈਆਂ। ਅਤੇ ਅਗਲੀ ਜਿਹੜੀ ਸਾਡੀ ਪਰਾਲੀ ਦੀ ਸਮੱਸਿਆ ਸੀ, ਆ ਜੋ ਵੀ ਅਸੀਂ ਸਰਕਾਰ ਨੂੰ ਮਾਤ ਪਾ ਚੁੱਕੇ, ਕਿਉਂਕਿ ਸਾਡੀ ਮਜਬੂਰੀ ਨੂੰ ਇਹਨਾਂ ਨੇ ਕੋਈ ਵੀ ਸਾਡੇ ਲਈ ਸਹੂਲਤ ਨਹੀਂ ਦਿੱਤੀ, ਇਸ ਕਰਕੇ ਉਹ ਜਿਹੜੇ ਕਿਸਾਨੀ ਸੰਘਰਸ਼ ਨੇ ਉਹਨਾਂ ਦੀਆਂ ਸਾਨੂੰ ਜਿੱਤਾਂ ਦੇ ਵਿੱਚੋਂ ਜਿੱਤ ਦਿਸੀ ਜਾਂਦੀ ਹੈ ਵੀ ਜਿਵੇਂ ਨਰਮੇ ਦੀ CCI ਹੈ, ਅਸੀਂ ਉਹ ਜਿੱਤ ਚੁੱਕੇ ਆ ਚੁੱਕੇ ਨੇ, 2 ਮਹੀਨੇ ਬਾਅਦ ਆਉਣੀ ਸੀ, ਇਸ ਕਰਕੇ ਅਸੀਂ ਇਹੀ ਸੰਘਰਸ਼ ਦੇ ਰਾਹ ਨੂੰ ਤਰਜੀਹ ਦੇਵਾਂਗੇ। ਬਾਕੀ ਕੀ ਰੂਪ ਰੇਖਾ ਹੋਊਗੀ ਸੰਘਰਸ਼ ਅੱਗੇ? ਜੋ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨਿਕਲਣਗੀਆਂ, ਦੇਸ਼ ਦੀਆਂ ਲਿਕਣਗੀਆਂ, ਜਿਵੇਂ ਦਿੱਲੀ ਦੀ ਉਲੀਕੀ ਹੈ, ਤਾਂ ਉੱਥੇ ਬੱਚਾ ਬੱਚਾ ਅਸੀਂ ਜਾਵਾਂਗੇ। ਕਿਹੜਾ ਜਿਵੇਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਬਿਜਲੀ ਸੰਕਟ ਆਊਗਾ, ਉਹਨੂੰ ਤੁਸੀਂ ਕਿਵੇਂ ਦੇਖ? ਨਹੀਂ, ਬਿਜਲੀ ਸੰਕਟ ਜੇ ਆਊਗਾ ਤਾਂ ਅਸੀਂ ਪਹਿਲਾਂ ਦੀਵਿਆਂ 'ਤੇ ਰਹੇ ਹਾਂ, ਸਿਆਲ ਦਾ ਮਹੀਨਾ, ਬਿਜਲੀ ਸੰਕਟ ਆਊਗਾ ਤਾਂ ਕੋਈ ਸਾਨੂੰ ਬੜੀ ਵੱਡੀ ਗੱਲ ਨਹੀਂ। ਮੇਰੇ ਪੁੱਛਣ ਦਾ ਮਤਲਬ ਇਹ ਉਹ ਵਾਕਈ ਆਊਗਾ ਜਾਂ ਇੱਕ ਮਤਲਬ ਪਰੇਸ਼ਾਨ? ਨਹੀਂ, ਉਹ ਨਹੀਂ ਆਊਗਾ, ਇਹ ਕਹਿਣ ਨੂੰ ਹੈ ਬਿਜਲੀ ਸੰਕਟ। ਬਿਜਲੀ ਸੰਕਟ ਕਿੱਥੇ ਆਊਗਾ? ਇਹ ਕੋਲਾ ਕਹਿੰਦੇ ਨੇ ਮੁੱਕ ਗਿਆ, ਇਹ ਕਹਿੰਦੇ ਨੇ ਯੂਰੀਆ ਮੁੱਕ ਗਈ, ਇਹ ਕਹਿੰਦੇ ਨੇ DAP ਮੁੱਕ ਗਈ, ਕੋਈ ਚੀਜ਼ ਨਹੀਂ ਮੁੱਕੀ। ਬਿਜਲੀ ਸੰਕਟ ਨੇ ਜਿਹੜੇ ਉਹ ਸੰਕਟ ਜਿੱਥੇ ਪਾਣੀ ਦੀ ਬਿਜਲੀ ਪਿਆਰ ਹੁੰਦੀ ਉੱਥੋਂ ਹੁੰਦੀ ਹੈ, ਜਿਹੜੇ ਕੋਲਾ ਨਾਲ ਚੱਲੀ ਜਾਂਦੇ ਆ ਥਰਮਲ, ਅਜੇ ਕੋਲਾ ਜਿਹੜੀਆਂ ਇਹਨਾਂ ਕੋਲ ਥਰਮਲ ਬਣਾ ਵਾਲੀ ਹੈ, ਦੂਜੇ ਕੋਲ ਕੋਲਾ ਬਹੁਤ ਜ਼ਿਆਦਾ ਪਏ, ਕੋਈ ਦਿੱਕਤ ਨਹੀਂ ਹੈਗੀ ਇਸ ਮਹੀਨੇ ਦੇ ਵਿੱਚ। ਕਿਸਾਨਾਂ ਦੇ ਪ੍ਰਦਰਸ਼ਨ ਨਾਲ ਕਾਰਪੋਰੇਟ ਘਣੇ ਉਹਨਾਂ ਦੇ ਵਪਾਰ 'ਤੇ ਸੱਟ ਲੱਗੀ ਕੁਛ? ਉਹ ਤਾਂ ਲੱਗਣੀ ਹੈ, ਉਹ ਲਾਉਣੀ ਵੀ ਹੈ, ਲੱਗਣੀ ਵੀ ਹੈ ਅਤੇ ਲਾਉਣੀ ਵੀ ਹੈ। ਜਿਹੜੇ ਕਾਰਪੋਰੇਟ ਘਰਾਣੇ ਨੇ, ਅੱਜ ਉਹਨਾਂ ਨੇ ਹੀ ਸਾਨੂੰ ਮਜਬੂਰ ਕੀਤਾ ਇੱਥੇ ਸੜਕਾਂ 'ਤੇ ਆਉਣ ਲਈ। ਸਾਡੀ ਖੇਤੀ ਹੈ ਜਿਹੜੀ ਉਹ ਘਾਟੇ ਦਾ ਧੰਦਾ ਕਾਰਪੋਰੇਟ ਘਰਾਣਿਆਂ ਨੇ ਬਣਾਈ ਹੈ। ਇੱਕ ਜਿਹੜਾ ਆਪਣੇ ਮਾਲ ਗੱਡੀਆਂ ਆਉਣੀਆਂ ਬੰਦ ਕਰਤੀਆਂ ਕੇਂਦਰ ਸਰਕਾਰ ਨੇ, ਉਹ ਕਾਰਨ ਦੱਸ ਰਿਹਾ ਕਿ ਕਿਸਾਨਾਂ ਦੁਆਰਾ ਰੇਲਾਂ ਰੋਕੀ ਗਈਆਂ, ਜਦਕਿ ਕਿਸਾਨ ਜਥੇਬੰਦੀਆਂ ਕਹਿ ਰਹੇ ਕਿ ਅਸੀਂ ਧਰਨੇ ਹੀ ਰੇਲਾਂ ਤੋਂ ਚੱਕ ਰਹੇ ਹਾਂ, ਤਾਂ ਉਹਨੂੰ ਤੁਸੀਂ ਕਿਵੇਂ ਦੇਖਦੇ? ਨਹੀਂ, ਅਸੀਂ ਉਹਨਾਂ ਨੂੰ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਕੋਲੇ ਦੇ ਸੰਕਟ ਹੈ, ਅਸੀਂ DAP ਦਾ ਸੰਕਟ ਆਊ, ਯੂਰੀਆ ਦਾ ਸੰਕਟ ਆਊ, ਤਾਂ ਕਿਸਾਨ ਜਥੇਬੰਦੀਆਂ ਨੇ ਰੇਲਵੇ ਸਟੇਸ਼ਨ ਦੇ ਜਿਹੜੇ ਮਤਲਬ ਪਾਸੇ 'ਤੇ ਪਾਰਕ ਸੀ, ਉਹਨਾਂ ਦੇ ਵਿੱਚ ਪ੍ਰੋਗਰਾਮ ਰੱਖ ਲਿਆ ਵੀ ਚਲੋ ਕੋਈ ਗੱਲ ਨਹੀਂ, ਲੰਘ ਜਾਣ ਦਿਓ, ਜਿਹੜੀ
सवारियां वाली गड्डी है वो नहीं लंघन देवे, पर वो जानबूझ के सरकार ने पहला अपने तौर पर बंद कीतियां होंगे, असी नहीं बंद कीतियां, असी उन्होंने दी सी छोट भी चलो कुछ ना कुछ जिहड़ा समान है वो जरूरी है लोगों, पर पंजाब सरकार दे नाल पंजाब दे नाल वो केंद्र सरकार है जी बहुत गलत रखवैया वह पहले दिनों उस रखवैये दे विचों ही उन्होंने रेलां रोकिया ना कि असी रोकिया। धन्यवाद। एक देखिया पर लंगर की जो पूरा वधिया प्रबंध किया जाना, जेडे भी आस पास पिंड आपो अपनी ड्यूटी लगा लेंगे, एक बार किसी पिंड की कदे किसी पिंड की वो जो पूरा लंगर का प्रबंध करके लैके आए हैं, तो अज जो ख्याल आप इतने पहुंचे हुए इन्होंने गलबात कर रहे हैं। हाँ जी, मैं जी खालसा वेली फतेह, अभी पिंड ख्याला कला तो लंगर लैके गुरुद्वारा प्रबंधक कमेटी वालों आए हाँ, दाला लस्सी तो प्रशादे तीन चीज़ा लैके अपनी संगत खातर आए हैं, साढ़ा कत्ती जथेबंद वालों ये संघर्ष चल रहा है, सो हम साड़ी पिंड की कमेटी है इन्हें इतने अपने संघर्षों के बहुत मदद दी है। वाहर जी खालसा वाहर जी। असं आए हैं जी खेड़े तो, डेली मंगू ही आने जी, लंगर का प्रबंध किया गया सारे, ये सारे खेड़े कलां चो कर गया जी, खेड़ा खुरद खेड़ा कलां। हाँ जी, जिहड़ा सेंटर सरकार द्वारा बिल लिया के किसानी नूं धक्का दित्ता जा रहा किसानां दे नाल, उहनां नूं तुसीं किवें देखदे? असीं तां जी बहुत जमा लौके खड़े हां भी असीं छड्डणा नहीं गा आपदा ते इतिहास नहीं छड्डणा, भुखे भी मर जाएंगे ते हए भी मर जाएंगे, कदे दी जाना नहीं, ते असीं तां संघर्ष ही लड़ना है, दिल्ली तक भी जावांगे, हाँ असीं पिछे तां हटदे नहीं कितों, भावें सानूं झाफे कुट 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 खाने पैण। विरोध बोलणगे आपां इहनां ते होर दा देंगे, जिवें पराली दे ला लो तुसीं हुण करोड़ रुपया जिमीदार कित्थों भर दूगा, ते 5 साल दी सज़ा तां कट लू जल कट लू, करोड़ रुपया तां बहुत वा। मूसा जी हाँ, डेली असीं आउने आ, ट्रैक्टर हैगा सारा, अन्न पानी लिआउने आ, प्रसाद पानी सारी संगत नूं बरता के जाने, जमा आथणे जावांगे 5 बजे, ते आपदे वी असीं कोई सानूं चौलां दा नहीं, कोई जीरी दा नहीं, कोई दाणा बीजण दा नहीं, आपे बीजणा बीजणा दा जमाना आ, वी लौंके खड़े आ वी, भावें मर जाईए भावें मार दईए। हाँ, वाहिगुरू जी खालसा वाहिगुरू जी फतेह।